ਭੈਣ ਚਿੱਟਾ ਸੁੱਟ ਦਿੰਦੇ, ਕੀ ਪਤਾ ਸਾਡੇ ਕੰਮ ਆ ਜਾਣ। ਅਸੀਂ ਪਾਪਾ ਜੀ, ਸਤਿ ਸ਼੍ਰੀ ਅਕਾਲ। ਪਾਪਾ ਜੀ, ਮੇਰਾ ਯਾਦ ਦੋਸਤ ਕਰਮਾ ਨਹੀਂ ਆ? ਆਹੋ, ਪਿੱਛੇ ਜੇ ਮਾਤਾ ਨਹੀਂ ਪੂਰੀ ਹੋ ਗਈ ਉਹਦੀ? ਹੋ ਗਈ ਸੀ। ਤੈਰ ਕੇ ਉਹਦਾ ਬਾਪੂ ਪੂਰਾ ਹੋ ਗਿਆ? ਬਾਪੂ ਪੂਰਾ ਹੋ ਗਿਆ? ਕੀ ਆ? ਕੁਛ ਨਹੀਂ ਹੋਇਆ। ਬੋਲਦਾ ਕਿੱਦਾਂ ਤੂੰ? ਕੁਛ ਨਹੀਂ ਹੋਇਆ, ਬੋਲਦਾ ਕਿੱਦਾਂ? ਇੱਟ ਮਾਰਦੀ ਹੋਣਾ ਕੀ ਸੀ? ਮੈਂ ਕੋਈ ਜਾਣ ਕੇ ਮਾਰਿਆ, ਤੂੰ ਗੱਲ ਹੀ ਉਹੋ ਜਿਹੀ ਕੀਤੀ ਆ। ਉਹਦਾ ਅਫਸੋਸ ਕਰ ਚੱਲੀ ਉੱਧਰ। ਅੱਛਾ, ਚੰਗਾ ਫਿਰ ਮੈਂ ਕਰੂ ਨਾ ਅਫਸੋਸ। ਅਸੀਂ ਵੀ ਜਾਣਾ ਨਾਲ। ਤੁਸੀਂ ਵੀ ਨਾਲ ਜਾਣਾ? ਆਹੋ। ਤੇ ਤੂੰ ਉੱਥੇ ਜਾ ਕੇ ਕੀ ਕਰਨਾ? ਹੋਰ ਪਿੱਛੇ ਆਵਾ ਤਾਵਾ ਨੀ ਤੂੰ ਬੋਲਿਆ ਉੱਥੇ? ਤੇ ਮੈਂ ਉੱਥੇ ਆਵਾ ਤਾਵਾ ਬੋਲਦਾ? ਬੋਲਦਾ ਕਿੱਦਾਂ ਤੂੰ? ਬਾਬਾ ਤਾਵਾ ਤੇ ਤੂੰ ਬੋਲਣ ਡਿਆ? ਉਹ ਕੁਛ ਨੀ, ਚੱਲ ਚੱਲੀਏ। ਚੱਲ ਚੱਲੀਏ, ਚੱਲ ਵੇਲੇ ਚੱਲੀਏ। ਇਹਨੇ ਵੀ ਨਾਲ ਜਾਣਾ? ਅੱਛਾ, ਮੈਂ ਜਾਣ ਸਕਦਾ? ਤੇ ਦੱਸ, ਉੱਥੇ ਕੁੜੀ ਦਾ ਵਿਆਹ ਵੀ ਉੱਥੇ ਭੰਗੜੇ ਪਾਉਣੇ ਜਾ ਕੇ ਕਿ ਉੱਥੇ ਨੱਚਣਾ ਗਾੜੀ ਹੋ ਕੇ ਬਾਂਦਰਾਂ ਨੂੰ? ਤੂੰ ਫੇਰ ਆਵਾ ਤਾਵਾ ਬੋਲੀ ਜਾਂਦਾ, ਉੱਥੇ ਨਾ ਬੋਲੀ ਆ ਗੱਲਾਂ। ਚੱਲ ਚੱਲੀਏ, ਚੱਲ ਸਿਆਪਾ ਮੇਰੇ ਭਾਜਾ। ਮਾੜਾ ਕੰਮ ਹੋਇਆ ਯਾਰ। ਚੰਗੇ ਕੰਪਨੀ ਸੁਣਾ, ਕੰਪਨੀ ਠੀਕ ਹੈ? ਵਧੀਆ ਚੱਲਦਾ ਕੰਮ। ਚਲੋ, ਹੁਣ ਤੇ ਹੌਸਲਾ ਹੀ ਆ, ਜੋ ਵਾਹਿਗੁਰੂ ਨੂੰ ਮਨਜ਼ੂਰ। ਕੀ ਕਰ ਸਕਦੇ, ਲਓ ਬਿਸ਼ਨਾ ਵੀ ਆ ਗਿਆ। ਇਹਨੂੰ ਕਿੰਨੇ ਸੱਦਿਆ, ਪਤਾ ਨਹੀਂ ਬੋਲੀ ਦਿੰਦਾ। ਓਏ, ਤੁਰਨਾ ਕਿਹੜਾ ਸੌਖਾ ਹੈ? ਕੀ ਗੱਲ ਹੋਈ ਪੁੱਛ? ਚੰਗੇ ਭਲੇ ਹੀ, ਚੰਗੇ ਭਲੇ ਹੀ। ਵੇਖ ਲਓ, ਮੈਂ ਆਪਣੇ ਵਾਅਦੇ ਦਾ ਪੱਕਾ। ਮੈਂ ਕਿਹਾ ਨਾ, ਬਾਪੂ ਮਰੂ ਤੇ ਫੇਰ ਆਵਾਂਗੇ ਆਪਾਂ ਆ ਕੇ। ਵੇਖ ਲਓ ਵੀ, ਘੜੀ ਦਾ ਕੋਈ ਪਤਾ ਨਹੀਂ ਲੱਗਾ। ਆ ਮੁੰਡੇ ਨੇ ਵਧੀਆ ਗੱਲ ਆਖੀ ਹੈ। ਇਹ ਜੋ ਜਾਣਾ ਮੈਂ ਇੱਧਰ ਆ ਨਹੀਂ। ਆ ਮੁੰਡਾ ਬਹੁਤ ਵਧੀਆ। ਕੀ ਕਿਹਾ ਕਾਕਾ? ਮੇਰਾ ਕਹਿਣ ਦਾ ਮਤਲਬ ਬਾਪੂ ਜੀ, ਵੀ ਘੜੀ ਦਾ ਕੋਈ ਪਤਾ ਨਹੀਂ ਲੱਗਦਾ। ਸਹੀ ਕਿਹਾ ਜੀ, ਸਹੀ ਕਿਹਾ। ਘੜੀ ਦਾ ਕੋਈ ਪਤਾ ਨਹੀਂ ਲੱਗਦਾ। ਮੇਰੀ ਪਰਛੋਂ ਦੀ ਗੁਆਚੀ ਆ, ਲੱਭੀ ਨੇ, ਕੱਲ ਨਵੀਂ ਲੈ ਕੇ ਆਇਆ। ਓਹੋ ਬਾਪੂ ਜੀ, ਮੇਰਾ ਕਹਿਣ ਦਾ ਮਤਲਬ ਬੰਦੇ ਦਾ ਤੁਰੇ ਤੁਰੇ ਦਾ ਪਤਾ ਨਹੀਂ ਲੱਗਦਾ। ਸਹੀ ਗੱਲ ਆਖੀ, ਤੁਰੇ ਤੁਰੇ ਦਾ ਕੋਈ ਪਤਾ ਨਹੀਂ ਲੱਗਦਾ। ਪਰਛੋਂ ਦੀ ਗੱਲ ਆ, ਮੈਂ ਤੁਰਿਆ ਜਾਣ ਦਿਆ ਤੇ ਠਿੱਡਾ ਲਾ ਕੇ ਮੈਂ ਡਿੱਗ ਪਿਆ ਤੇ ਮੂੰਹ ਮੱਥਾ ਮੇਰਾ ਥੱਲੇ ਵੱਜਾ। ਹੈਂ, ਤੁਰੇ ਜਾਂਦੇ ਦਾ ਕੋਈ ਪਤਾ ਨਹੀਂ ਲੱਗਦਾ। ਬਾਪੂ ਜੀ, ਮੇਰਾ ਕਹਿਣ ਦਾ ਮਤਲਬ ਬੰਦੇ ਦਾ ਤੁਰੇ ਤੁਰੇ ਦਾ ਪਤਾ ਲੱਗਦਾ, ਕਿੱਧਰ ਨੂੰ ਚੱਲ ਜਾਣਾ ਉਹਨੇ? ਸਹੀ ਕਿਹਾ ਕਾਕਾ, ਵੇਖਲਾ ਕੋਈ ਪਤਾ ਲੱਗਦਾ। ਘਰੋਂ ਬੰਦਾ ਕਿਹੜੇ ਕੰਮ ਜਾਂਦਾ, ਕਿਹੜੇ ਕੰਮ ਪਹੁੰਚ ਜਾਂਦਾ। ਮੈਨੂੰ ਪੁਲਿਸ ਵਾਲੇ ਫੜ ਕੇ ਲੈ ਗਏ। ਇਹ ਕੌਣ ਆ? ਇਹ ਪਾਪਾ ਮੇਰਾ। ਅੱਛਾ, ਪਿਓ ਆ ਤੁਹਾਡਾ? ਇਹ ਵੀ ਵੈਸੇ ਬਿਮਾਰ ਸ਼ਮਾਰ ਰਹਿੰਦਾ। ਇਹਨੂੰ ਕੀ ਹੋਇਆ? ਕਦੀ ਇਹਨਾਂ ਦਾ ਬੀਪੀ ਹਾਈ ਹੋ ਜਾਂਦਾ ਤੇ ਕਦੀ ਲੋ ਹੋ ਜਾਂਦਾ ਵਾ। ਅੱਛਾ ਅੱਛਾ, ਮਤਲਬ ਇਹ ਵੀ ਫੁੜਕਣੀ ਵਾਲਾ ਕੇ? ਨਹੀਂ ਨਹੀਂ, ਮਤਲਬ ਪੇਟ ਸੀ ਆਪਾਂ ਫੇਰ ਸਾਡੇ ਭਾਜਾ ਕਰਨਾ ਪੈਣਾ। ਕਿਹੋ ਜਿਹੀਆਂ ਗੱਲਾਂ ਕਰਨ ਦਿਆ ਤੂੰ? ਚਵਲ ਬੰਦਾ ਕਿ ਇੱਥਾਂ ਆਉਂਦਾ ਨਾ ਹੋਵੇ ਤੇ। ਮੈਂ ਕੋਈ ਗਲਤ ਗੱਲ ਕਹੀ ਆ? ਤੇਰਾ ਮੁੰਡਾ ਕੀ ਮੁਖੀਆ ਕਿਹਨੂੰ ਵਿਖਾਉਣਾ ਵਾ ਤੂੰ? ਬਾਪੂ ਜੀ, ਇਹਨਾਂ ਦੇ ਪਾਪਾ ਜੀ ਬਹੁਤ ਸ਼ਰੀਫ ਸੀ। ਪਿੰਡ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਨਾ, ਤੇ ਇਹਨਾਂ ਦੇ ਪਿਓ ਨੂੰ ਸਾਦੇ ਸੀ। ਇਹ ਤਾਂ ਪਿਓ ਸ਼ਰੀਫ ਹੀ ਵਾ? ਤੇ ਹੋਰ ਸਾਲਾ ਸ਼ਰੀਫ ਦਾ ਪਰੇ ਉਹ ਜੀ ਦਾ ਪਿਓ। ਮੈਂ ਦੱਸਦਾ ਇਹਦੇ ਪਿਓ ਦੀ ਸ਼ਰੀਫੀ। ਸੁਣ ਕਾਕਾ ਗੱਲ। ਹਾਂ ਬਈ, ਸੁਣੋ ਧਿਆਨ ਨਾਲ ਸਾਰੇ ਬਾਈ। ਇਹਦਾ ਪਿਓ ਇੰਨਾ ਸ਼ਰੀਫ ਸੀ, ਇਹਦਾ ਪਿਓ ਸਕੂਲ ਪੜ੍ਹਦਾ ਹੁੰਦਾ ਸੀ ਮੇਰੇ ਨਾਲ, ਨਿੱਕੇ ਹੁੰਦੇ ਜੇ ਗੱਲਾਂ। ਤੇ ਜਦੋਂ ਇਹਦਾ ਪਿਓ ਸਕੂਲੇ ਪੜ੍ਹਦਾ ਹੁੰਦਾ ਸੀ ਤੇ ਯਾਰ ਬਹਿ ਲੈਂਦੇ ਚੱਜ ਨਾ, ਕੀ ਹੋਇਆ ਤੁਸੀਂ? ਜਦੋਂ ਇਹਦਾ ਪਿਓ ਸਕੂਲੇ ਪੜ੍ਹਦਾ ਸੀ ਤਾਂ ਛੁੱਟੀ ਹੋਈ ਤੇ ਅਸੀਂ ਸਕੂਲੋਂ ਜਦੋਂ ਜਾਣ ਡਿਆ ਸੀ, ਹੈਂ, ਤੇ ਜਦੋਂ ਇਹਦਾ ਅਸੀਂ ਸਕੂਲੇ ਯਾਰ ਗੱਲ ਸੁਣ ਲਾ ਯਾਰ ਤੂੰ ਉਹ ਗੱਲ ਸੁਣੀ, ਗੱਲ ਗੱਲ ਸੁਣਾਈ ਚੱਲ ਜੇ। ਇੱਧਰ ਦੱਸੋ ਤੂੰ ਮਰਿਆ ਉਹਨਾਂ ਤੇ ਤੇਰਾ ਮਰਿਆ ਤੇ ਤੇਰੇ ਵੱਲ ਦੱਸ ਦਿੰਦੇ ਆ। ਗੱਲ ਛੱਡੋ ਹੋਣਾ, ਪੁੱਤਰ ਹੋਣਾ, ਕੋਈ ਗੱਲ ਨਹੀਂ। ਇਹਦਾ ਪਿਓ ਸਕੂਲੋਂ ਬਾਹਰ ਨਿਕਲੇ ਅਸੀਂ ਤੇ ਆਉਂਦੇ ਆਉਂਦੇ ਨਾ ਰਸਤੇ 'ਚ ਇੱਕ ਕੁੜੀ ਮਿਲ ਪਈ। ਇਹਦੇ ਪਿਓ ਨੇ ਕੁੜੀ ਨੂੰ ਛੇੜਿਆ, ਪਿੰਡ ਵਾਲਾ ਕੁੱਟਿਆ, ਭੈਣ ਕਹਿ ਕੇ ਛੁੱਟਿਆ ਤੇ ਹੁਣ ਉਹ ਲੱਗਾ ਹੀ ਬਰਫ਼ 'ਚ। ਵੇਖ ਲਾ ਕਿੱਦਾਂ ਹੈਂ, ਮਾਛਾ ਵੀ ਕੰਬਣ ਨਹੀਂ ਡਿਆ ਜਿਵੇਂ ਗਿਰੀਆਂ ਬਦਾਮ ਖਾਧੇ ਹੁੰਦੇ ਆ। ਤੇ ਫੋਨ ਮੇਰਾ ਆ ਗਿਆ, ਘਰੋਂ ਆਇਆ। ਬੈਲ ਹੀ ਏਦਾਂ ਦੀ ਲੱਗੀ ਸੀ, ਕੋਈ ਨਹੀਂ ਮੈਂ ਬੰਦ ਕਰ ਦਿੰਦਾ। ਕਿੱਥੋਂ ਬੰਦ ਹੁੰਦਾ? ਆ ਕਾਕਾ ਬੰਦ ਕਰੀ ਕਿੱਥੋਂ ਹੁੰਦਾ? ਹੈਲੋ ਹੈਲੋ, ਹਾਂ ਲੈ, ਉਹ ਹੀ ਬੰਦ ਹੋ ਗਿਆ ਜੀ ਇਹ। ਓਏ ਬੈਟਰੀ ਲੋ ਹੋ ਗਈ। ਉਹ ਚਾਰਜਰ ਹੈਗਾ ਕਿਹੜੇ ਤੋਂ? ਚਾਰਜਰ ਕਿਹੜਾ? ਇਹ ਮੋਟੀ ਪੈਨ ਵਾਲਾ। ਸਾਡੇ ਕੋਲ ਸਾਰੇ ਬਰੀਕ ਪੈਨ ਵਾਲੇ, ਮੋਟੀ ਪੈਨ ਵਾਲਾ ਬਾਪੂ ਕੋਲ ਹੁੰਦਾ ਸੀ। ਤੇ ਬਾਪੂ ਕਿਹੜਾ ਨਾਲ ਲੈ ਗਿਆ? ਉੱਥੇ ਅੰਦਰ ਪਿਆਣਾ ਕੱਢ ਕੇ ਲਿਆਓ, ਅਜੇ ਬੈਟਰੀ ਲੋ ਹੋ ਗਈ, ਮੈਂ ਘਰੇ ਗੱਲਾਂ ਕਰਨੀਆਂ। ਹਾਂ ਲਾਓ ਮੁੰਡਿਆ, ਅੰਦਰ ਚਾਰਜ ਲਾ। ਗੁੱਸੇ 'ਚ ਖਾਤਾ ਮੈਂ ਨਾ ਹੋਏ। ਹਾਂ ਲੈ, ਮੈਂ ਫੋਨ ਕਰਨਾ ਸੀ, ਕੋਈ ਜਾਣਾ ਫੋਨ ਦਿਓ ਮੈਨੂੰ। ਹਾਲੋ, ਇਹ ਤੋਂ ਕਰ ਲਓ, ਫੋਨ ਲਾਉਣਾ ਜ਼ਰੂਰੀ ਆ। ਚੇਤਾ ਆ ਗਿਆ। ਹੈਲੋ, ਹਾਂ ਬੂਟੇ, ਹੌਲੀ ਗੱਲ ਕਰ। ਹੌਲੀ ਬੋਲਣ ਡਿਆ ਤੈਨੂੰ ਕੀ ਹੋਏ? ਬੋਲਣ ਮੈਂ ਡਿਆ, ਤੈਨੂੰ ਕੀ ਤਕਲੀਫ ਆ? ਹੈਲੋ ਬੂਟੇ, ਹੈਂ? ਅੱਛਾ, ਉਹ ਵਧਾਈ ਹੋਵੇ, ਉਹ ਵਧਾਈ ਹੋਵੇ, ਵਧਾਈ ਹੋਵੇ, ਉਹ ਵਧਾਈ, ਵਧਾਈ। ਕੀ ਹੋਇਆ ਤੈਨੂੰ? ਇੰਡੀਆ ਮੈਚ ਜਿੱਤ ਗਿਆ। ਹੈਲੋ, ਉਹ ਸੱਚੇ ਨੇ ਕਿੰਨੀ ਬਣਾਈਆਂ? ਉਹ ਹੁਣ ਕੀ ਹੋ ਗਿਆ? ਸੱਚੇ ਨਾਲ ਆਊਟ ਹੋ ਗਿਆ। ਮੇਰਾ ਕਿੱਥੇ ਅੰਦਰ ਲੱਗਾ? ਅੱਛਾ ਕੋਈ ਗੱਲ ਨਹੀਂ,
ਤੇ ਦੱਸ ਵੀ ਕੀ ਆਏ ਕੀ ਕਹੀਏ ਬਹੁਤ ਮਾੜੀ ਹੋਈ। ਉਹ ਬਾਬੂ ਜਾਂਦਾ ਜਾਂਦਾ ਭੈਣ ਦਾ ਵਿਆਹ ਤੇ ਗਿਰ ਜਾਂਦਾ। ਚੱਲ ਕੋਈ ਗੱਲ ਨੀ ਰੋਣਾ ਕੋਈ ਗੱਲ ਨੀ ਪੂਰੇ ਬਾਪੂ ਤਰ੍ਹਾਂ ਛੇਤਰ ਖਾਣਾ ਗੱਲਾਂ ਕਰਨ ਡਿਆ ਜੀ। ਚੱਲ ਚੱਲੀ ਯਾਰ ਇਹਨੇ ਆਪਾਂ ਨੂੰ ਛੇਤਰ ਪਵਾ ਦੇਣੀ। ਚੱਲ ਚੱਲੀ ਆਪਾਂ ਚੱਲੀਏ ਛੇਤਰ ਖਾਣੀ ਨੂੰ ਬੰਦੇ ਆਪਾਂ ਕੀ ਹੋਇਆ। ਚੰਗਾ ਬਾਪੂ ਅਸੀਂ ਚੱਲੇ ਆ ਫੱਟਾ ਲੈਣ ਫੱਟਾ ਫੱਟਾ ਲੈਣ ਨੀ ਚੱਲੇ ਘਰ ਚੱਲੇ ਆ। ਜਾਓ ਫਿਰ ਦਫਾਓ ਇਹਨੇ ਛੇਤਰ ਖਾਣੇ। ਆ ਕੀ ਗੱਲ ਤੂੰ ਦੱਸ ਕੀ ਹੋਇਆ। ਮੈਂ ਜਾਂਦਾ ਕਹਿੰਦਾ ਭੈਣ ਦਾ ਵਿਆਹ ਤੇ ਕਰ ਜਾਂਦਾ। ਭੈਣ ਦਾ ਵਿਆਹ ਕੀ ਭੈਣ ਵਿਆਹ ਵਾਲੀ ਪਈ ਹੈ ਜੇ ਛੋਟੀ ਭੈਣ ਵਿਆਹ ਵਾਲੀ ਸੀ ਨਾ। ਛੋਟੀ ਭੈਣ ਵਿਆਹ ਵਾਲੀ ਸੀ ਤੇ ਫਿਰ ਕੀ ਰੋਣ ਵਾਲੀ ਕਿਹੜੀ ਗੱਲ ਆ। ਹੈਂ ਐਡੀ ਜਵਾਨ ਹੋਈ ਆਪੇ ਕਿਸੇ ਚਵਲ ਨਾਲ ਨਿਕਲ ਜਾਣਾ ਉਹਨੇ। ਓਏ ਬੈਠੋ ਵੀ ਕਾਛੋ ਮੇਰੀ ਕਾਛੋ ਬਸ ਤੁਸੀਂ ਮੈਨੂੰ ਹਰ ਵਾਰੀ ਕੁੱਟਦੇ ਕਿਉਂ ਰਹਿੰਦੇ ਹੋ। ਹੈਂ ਕਮਲ ਜੁਗੀਆ ਕਰਦਾ ਹੋ। Ah!